ਵੈਲਕਮ ਬੇਟਾ ਟੂ ਮਾਈ ਚੈਨਲ ਸੋ ਈਜ਼ੀ ਮੈਥ। ਮਾਈ ਡੀਅਰ ਸਟੂਡੈਂਟਸ, ਅੱਜ ਆਪਾਂ ਚੈਪਟਰ ਪ੍ਰੋਬੇਬਿਲਟੀ ਸੰਭਾਵਨਾ ਦੇ ਇੰਪੋਰਟੈਂਟ ਐਮ ਸੀ ਕਿਊ ਅਤੇ 1 ਮਾਰਕਸ ਵਾਲੇ ਕੁਸ਼ਚਨ ਸੋਲਵ ਕਰਾਂਗੇ। ਵੀਡੀਓ ਅੱਛੀ ਲੱਗੀ ਬੇਟਾ ਲਾਈਕ ਜ਼ਰੂਰ ਕਰ ਦੇਣਾ। ਆਪਾਂ ਸਾਰੇ ਚੈਪਟਰਸ ਦੇ ਐਮ ਸੀ ਕਿਊ 2 ਮਾਰਕਸ, 4 ਮਾਰਕਸ, 6 ਮਾਰਕਸ ਵਾਲੇ ਕੁਸ਼ਚਨ ਕਰਿਆ ਕਰਾਂਗੇ। ਇਸ ਕਰਕੇ ਬੇਟਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਮਿਲਦੀ ਰਹੇ। ਫਸਟ ਹੈ ਬੇਟਾ, ਵਟ ਇਜ਼ ਅ ਪ੍ਰੋਬਲਿਟੀ ਔਫ ਐਨ ਇੰਪੋਸੀਬਲ ਈਵੈਂਟ। ਅਸੰਭਵ ਘਟਨਾ ਦੀ ਜਿਹੜੀ ਸੰਭਾਵਨਾ ਆ ਉਹ ਕੀ ਹੁੰਦੀ ਹੈ? ਠੀਕ ਹੈ ਜੀ, ਇੰਪੋਸੀਬਲ ਈਵੈਂਟ ਕਿੰਨੀ ਹੁੰਦੀ ਪ੍ਰੋਬਲਿਟੀ ਬੇਟਾ ਉਹਦੀ? ਅਸੰਭਵ ਦੀ 0। ਠੀਕ ਹੈ, ਜਿਹੜੀ ਵਾਪਰੀ ਨਹੀਂ ਹੈਗੀ ਅਸੰਭਵ ਘਟਨਾ। 2 ਅਨਵਾਸ਼ਡ ਕੁਆਇੰਸ ਆਰ ਟੋਸਟ, ਵਟ ਇਜ਼ ਅ ਪ੍ਰੋਬਲਿਟੀ ਆਫ ਗੈਟਿੰਗ ਐਟ ਲੀਸਟ 1 ਹੈਟ। 2 ਸਿੱਕੇ ਉਛਾਲੇ ਗਏ ਨੇ, ਘੱਟੋ ਘੱਟ 1 ਚਿੱਤ ਆਉਣ ਦੀ ਸੰਭਾਵਨਾ ਕੱਢਣੀ ਆ। ਬੇਟਾ ਜੋ 2 ਹੈੱਡ ਆਪਾਂ ਉਛਾਲਦੇ ਹਾਂ ਤਾਂ ਕੀ ਟੋਟਲ ਆਊਟਕਮਸ ਕੀ ਬਣਦੇ ਨੇ? ਦੋਨੋਂ ਹੈੱਡ ਹੋ ਸਕਦੇ ਨੇ, ਹੈੱਡ ਟੇਲ ਹੋ ਸਕਦਾ ਜਾਂ ਟੇਲ ਹੈੱਡ ਹੋ ਸਕਦਾ, ਅਤੇ ਦੋਨੋਂ ਟੇਲ ਹੋ ਸਕਦੇ ਨੇ। ਠੀਕ ਹੈ ਜੀ, ਉਹਨੇ ਕਿਹਾ ਹੋਇਆ ਐਟ ਲੀਸਟ 1 ਹੈੱਡ, ਘੱਟੋ ਘੱਟ 1 ਚਿੱਤ। 2 ਵੀ ਹੋ ਸਕਦੇ ਨੇ, 1 ਵੀ ਹੋ ਸਕਦਾ, 1, 2, 3 3 ਫੇਵਰੇਬਲ ਹੋ ਗਏ ਨਾ, ਤਾਂ ਪ੍ਰੋਬੇਬਿਲਟੀ ਦਾ ਕੀ ਫਾਰਮੂਲਾ ਹੁੰਦਾ? ਫੇਵਰੇਬਲ ਆਊਟਕਮਸ ਬਟਾ ਟੋਟਲ ਆਊਟਕਮਸ, ਮੀਨਸ ਅਨੁਕੂਲ ਪਰਿਣਾਮਾਂ ਦੀ ਗਿਣਤੀ ਬਟਾ ਕੁੱਲ ਪਰਿਣਾਮਾਂ ਦੀ ਗਿਣਤੀ। ਠੀਕ ਹੈ, ਫੇਵਰ 'ਚ 3 ਆ ਗਏ, ਟੋਟਲ ਕਿੰਨੇ ਨੇ? 4, ਤਾਂ ਪ੍ਰੋਬੇਬਿਲਟੀ ਕਿੰਨੀ ਬਣ ਗਈ? 3/4। ਅੱਗੇ ਵਟ ਇਜ਼ ਦਾ ਪ੍ਰੋਬੇਬਿਲਟੀ ਆਫ ਸ਼ਿਓਰ ਈਵੈਂਟ, ਨਿਸ਼ਚਿਤ ਘਟਨਾ ਦੀ ਸੰਭਾਵਨਾ, ਜਿਹੜੀ ਘਟਨਾ ਨਿਸ਼ਚਿਤ ਆ ਵੀ ਹੋਣੀ ਹੋਣੀ ਆ। ਠੀਕ ਹੈ, ਉਹਦੀ ਪ੍ਰੋਬੇਬਿਲਟੀ ਕਿੰਨੀ ਆਊ ਬੇਟਾ? 1, ਸ਼ਿਓਰ ਈਵੈਂਟ ਦੀ। ਵਿੱਚ ਆਫ ਦਾ ਫੋਲੋਇੰਗ ਇਜ਼ ਨੋਟ ਦਾ ਪ੍ਰੋਬਲਿਟੀ ਆਫ ਐਨ ਈਵੈਂਟ, ਕਿਹੜੀ ਪ੍ਰੋਬਲਿਟੀ ਨਹੀਂ ਹੋ ਸਕਦੀ? ਪ੍ਰੋਬਲਿਟੀ ਕਿਸੇ ਵੀ ਈਵੈਂਟ ਦੀ ਬੇਟਾ ਲੈਸ ਐਂਡ ਇਕੁਅਲ ਟੂ 1, ਗ੍ਰੇਟ ਐਂਡ ਇਕੁਅਲ ਟੂ 0, ਮੀਨਸ 0 ਹੋ ਸਕਦੀ ਹੈ, 1 ਹੋ ਸਕਦੀ ਹੈ, ਇਹਦੇ ਵਿੱਚ ਵਿੱਚ ਹੋ ਸਕਦੀ ਹੈ। 1 ਤੋਂ ਗ੍ਰੇਟਰ ਨਹੀਂ ਹੋ ਸਕਦੀ, 0 ਤੋਂ ਲੈਸ ਨਹੀਂ ਹੋ ਸਕਦੀ, ਮੀਨਸ ਨੈਗਟਿਵ ਨਹੀਂ ਹੋ ਸਕਦੀ। ਤਾਂ ਕੀ ਆਂਸਰ ਆਊਗਾ ਜੀ? ਆਪਸ਼ਨ ਡੀ। ਨੈਕਸਟ ਹੈ ਆਪਣੇ ਕੋਲ ਪ੍ਰੋਬਲਿਟੀ ਆਫ ਈ, ਈਵੈਂਟ ਦਿੱਤੀ ਹੋਈ ਹੈ, ਵਟ ਇਜ਼ ਅ ਪ੍ਰੋਬਲਿਟੀ ਨੋਟ ਈ, ਨੋਟ ਈ ਦੀ ਆਪਾਂ ਨੇ ਫਾਇੰਡ ਆਊਟ ਕਰਨੀ ਆ। ਬੇਟਾ ਟੋਟਲ ਪ੍ਰੋਬਲਿਟੀ 1 ਹੁੰਦੀ ਆ, ਮੀਨਸ ਪ੍ਰੋਬਲਿਟੀ ਆਫ ਈ ਪਲੱਸ ਪ੍ਰੋਬਲਿਟੀ ਆਫ ਨੋਟ ਈ ਕਿਹਦੇ ਬਰਾਬਰ ਹੁੰਦੀ ਹੈ ਆਪਣੇ ਕੋਲ? 1 ਦੇ। ਠੀਕ ਹੈ, ਜੇ ਪ੍ਰੋਬਲਿਟੀ ਆਫ ਨੋਟ ਈ ਦੀ ਫਾਇੰਡ ਆਊਟ ਕਰਨੀ ਹੋਵੇ ਤਾਂ ਕਿਵੇਂ ਕੱਢਾਂਗੇ? 1 ਮਾਈਨਸ ਪ੍ਰੋਬਲਿਟੀ ਆਫ ਈ। ਠੀਕ ਹੈ, ਇਹਦੀ ਜੇ ਨੋਟ ਈ ਦੀ ਦਿੱਤੀ ਹੋਵੇ, ਪ੍ਰੋਬਲਿਟੀ ਆਫ ਈ ਦੀ ਕਰਨੀ ਹੋਵੇ ਤਾਂ 1 ਮਾਈਨਸ ਨੋਟ ਈ ਆ ਜੂਗਾ, ਤਾਂ 1 ਮਾਈਨਸ ਪ੍ਰੋਬਲਿਟੀ ਆਫ ਈਵੈਂਟ ਕਿੰਨੀ ਹੈ ਆਪਣੇ ਕੋਲ? 0.07। ਇਹਨੂੰ ਮਾਈਨਸ ਕਰਕੇ ਕਿੰਨਾ ਆਜੂਗਾ? 0.93। ਤਾਂ ਕਿਹੜੀ ਆਪਸ਼ਨ ਆਊਗੀ ਬੇਟਾ? ਬੀ ਆਪਸ਼ਨ, ਦਿਸ 1। ਨੈਕਸਟ ਹੈਗਾ, ਔਨ ਥਰੋਇੰਗ ਏ ਡਾਈਸ, ਵਟ ਇਜ਼ ਦਾ ਪ੍ਰੋਬਲਿਟੀ ਆਫ ਗੈਟਿੰਗ ਐਨ ਔਡ ਨੰਬਰ, ਇੱਕ ਪਾਸੇ ਨੂੰ ਸੁੱਟਣ 'ਤੇ ਟਾਂਗ ਸੰਖਿਆ ਆਉਣ ਦੀ ਸੰਭਾਵਨਾ ਕੱਢਣੀ ਆ। ਪਾਸਾ ਡਾਈਸ ਕਿੰਨੇ ਅੰਕ ਹੁੰਦੇ ਨੇ ਬੇਟਾ? 6 ਤੱਕ, ਕਿਹੜੇ? 1, 2, 3, 4, 5, 6। ਠੀਕ ਹੈ, ਟੋਟਲ ਅੰਕ ਕਿੰਨੇ ਹੁੰਦੇ ਨੇ ਆਪਣੇ ਕੋਲ? 6। ਹੁਣ ਇਹਦੇ ਵਿੱਚ ਦੇਖੋ ਬੇਟਾ ਔਡ ਕਿਹੜੇ ਨੇ, ਟਾਂਗ ਕਿਹੜੇ ਨੇ? 1, 3, 5 ਕਿੰਨੇ ਹੋ ਗਏ ਆਪਣੇ ਕੋਲ? ਇਹ 3। ਤਾਂ ਪ੍ਰੋਬਲਿਟੀ ਕਿੰਨੀ ਬਣੂਗੀ ਇਹਦੀ? 3/6, ਮੀਨਸ 1/2। ਠੀਕ ਹੈ ਜੀ, ਨੈਕਸਟ ਹੈਗਾ, ਇਹ ਕਾਰਡ ਇਜ਼ ਡਰਾਨ ਫਰੋਮ ਏ ਸੈੱਟ ਆਫ 52 ਕਾਰਡਸ, ਫਾਇੰਡ ਦਾ ਪ੍ਰੋਬਲਿਟੀ ਆਫ ਗੈਟਿੰਗ ਏ ਕੁਈਨ ਕਾਰਡ। 52 ਪੱਤੇ ਤਾਸ਼ ਵਿੱਚੋਂ ਇੱਕ ਪੱਤਾ ਕੱਢਿਆ ਜਾਂਦਾ ਹੈ,
ਸੰਭਾਵਨਾ ਕੱਢਣੀ ਆ, ਜਿਹੜਾ ਕੱਢਿਆ ਗਿਆ ਪੱਤਾ ਉਹ ਬੇਗਮ ਦਾ ਹੋਵੇ। ਠੀਕ ਹੈ ਬੇਟਾ, ਕਾਰਡਸ ਦੀ ਇੱਕ ਵੀਡੀਓ ਮੈਨੇ ਆਪਣੇ ਚੈਨਲ 'ਤੇ ਪਾਈ ਹੋਈ ਆ, ਉਹ 'ਚ ਪੂਰਾ ਡਿਟੇਲ 'ਚ ਮੈਨੇ ਦੱਸਿਆ ਹੋਇਆ, ਤੁਸੀਂ ਉਹਦੀ ਹੈਲਪ ਵੀ ਲੈ ਸਕਦੇ ਹੋ। ਠੀਕ ਹੈ, ਪੂਰੀ ਜਾਣਕਾਰੀ ਲੈਣ ਲਈ। ਟੋਟਲ 52 ਕਾਰਡਸ ਨੇ, ਉਹ 'ਚ ਬੇਗਮ ਕੁਈਨ ਕਿੰਨੀਆਂ ਹੁੰਦੀਆਂ ਨੇ ਆਪਣੇ ਕੋਲ, 4। ਠੀਕ ਹੈ, ਤਾਂ ਪ੍ਰੋਬੈਬਿਲਟੀ ਕਿੰਨੀ ਵਾਰ ਆਊ ਆਪਣੇ ਕੋਲ, 4/52, ਇਹ ਕੱਟ ਗਿਆ। ਕਿੰਨਾ ਗਿਆ ਆਪਣੇ ਕੋਲ, 1/13। ਨੈਕਸਟ ਹੈਗਾ, ਇਹ ਫਿਸ਼ ਟੈਂਕ ਹੈਜ਼ 5 ਮੇਲ ਫਿਸ਼, 8 ਫੀਮੇਲ ਫਿਸ਼, ਦਾ ਪ੍ਰੋਬੈਬਿਲਟੀ ਆਫ ਫਿਸ਼ ਟੇਕਨ ਆਊਟ ਇਜ਼ ਏ ਮੇਲ ਫਿਸ਼। ਉਹ ਕਹਿੰਦੇ ਕਿ ਮਛਲੀ ਘਰ ਦੇ ਵਿੱਚ 5 ਤਾਂ ਨਰ ਮਛਲੀਆਂ ਨੇ, 8 ਮਾਦਾ ਮਛਲੀਆਂ ਨੇ, ਸੰਭਾਵਨਾ ਕੱਢਣੀ ਆ ਕਿਹਦੀ, ਮਛਲੀ ਕੀ ਹੋਵੇ, ਨਰ ਹੋਵੇ। ਠੀਕ ਹੈ ਜੀ, ਹੁਣ ਦੇਖੋ ਬੇਟਾ, 5 ਸੀਗੇ ਆਪਣੇ ਕੋਲ ਨਰ, ਫੀਮੇਲ ਮਤਲਬ ਕਿ ਮਾਦਾ ਕਿੰਨੇ ਨੇ ਆਪਣੇ ਕੋਲ, 8, ਟੋਟਲ ਕਿੰਨੀਆਂ ਬਣ ਗਈਆਂ ਆਪਣੇ ਕੋਲ, 13। ਆਪਾਂ ਨੇ ਕਰਨੀ ਹੈ ਨਰ ਦੀ, ਨਰ ਕਿੰਨੇ ਨੇ ਆਪਣੇ ਕੋਲ, 5, ਤਾਂ ਪ੍ਰੋਬੈਬਿਲਟੀ ਕਿੰਨੀ ਆਊਗੀ, 5/13। ਅੱਗੇ ਹੈਗਾ, ਕਾਰਡ ਇਜ਼ ਸਿਲੈਕਟਡ ਐਟ ਰੈਂਡਮ ਫਰੋਮ ਏ ਵੈਲ ਸ਼ੈਫ ਡੈਕ ਆਫ 52 ਪਲੇਇੰਗ ਕਾਰਡਸ, ਦਾ ਪ੍ਰੋਬੈਬਿਲਟੀ ਆਫ ਇਟਸ ਬੀਂਗ ਫੇਸ ਕਾਰਡ। ਠੀਕ ਹੈ, ਤਸਵੀਰ ਵਾਲੇ ਪੱਤਿਆਂ ਦੀ ਆਪਾਂ ਨੇ ਸੰਭਾਵਨਾ ਕੱਢਣੀ ਆ। ਫੋਟੋ ਵਾਲੇ ਪੱਤੇ ਕਿਹੜੇ ਹੋਣਗੇ ਬੇਟਾ, 4 ਕਿੰਗ ਹੋ ਗਏ। ਠੀਕ ਹੈ, 4 ਹੀ ਇਹਦੇ ਵਿੱਚ ਕੁਈਨ ਆ ਜਾਣਗੀਆਂ ਜਿਹੜੇ ਕਾਊਂਟ ਹੋਣਗੀਆਂ, ਪਲੱਸ 4 ਆਪਣੇ ਕੋਲ ਕੀ ਆ ਗਏ, ਜੈਕ। ਇਹ ਪੱਤੇ ਕਾਊਂਟ ਹੁੰਦੇ ਨੇ ਬੇਟਾ ਫੇਸ ਕਾਰਡ ਦੇ ਵਿੱਚ। ਕਿੰਨੇ ਬਣ ਗਏ ਟੋਟਲ, ਇਹ 12। ਠੀਕ ਹੈ ਜੀ, ਤਾਂ ਪ੍ਰੋਬੈਬਿਲਟੀ ਕਿੰਨੀ ਆ ਜੂ ਆਪਣੇ ਕੋਲ, 12/52, 4 ਦੇ ਟੇਬਲ 'ਤੇ ਕੱਢ ਜੂਗਾ। ਕਿੰਨੀ ਆ ਗਈ ਆਪਣੇ ਕੋਲ, 3/13, ਏ ਆਪਸ਼ਨ। ਠੀਕ ਹੈ ਜੀ, ਨੈਕਸਟ ਹੈਗਾ, ਇਹ ਡਾਈ ਰੋਲ, ਵਾਟ ਇਜ਼ ਦਾ ਪ੍ਰੋਬਲਿਟੀ ਆਫ ਗੈਟਿੰਗ ਐਨ ਈਵਨ ਨੰਬਰ ਗ੍ਰੇਟਰ ਦੈਨ 4। ਜੇਕਰ ਇੱਕ ਪਾਸੇ ਨੂੰ ਸੁੱਟਿਆ ਜਾਂਦਾ ਹੈ ਤਾਂ 4 ਤੋਂ ਵੱਡੀ ਜਿਸ ਸੰਖਿਆ ਆਉਣ ਦੀ ਸੰਭਾਵਨਾ ਆਪਾਂ ਨੇ ਕੱਢਣੀ ਆ। ਠੀਕ ਹੈ ਬੇਟਾ, ਡਾਈਸ ਦੇ ਉੱਪਰ ਕਿੱਤਕ ਅੰਗ ਹੁੰਦੇ ਨੇ 6 ਤੱਕ, 1, 2, 3, 4, 5, and 6। ਠੀਕ ਹੈ ਜੀ, ਆਪਾਂ ਨੇ ਗ੍ਰੇਟਰ ਦੈਨ 4 ਲੈਣੇ ਆ। ਗ੍ਰੇਟਰ ਦੈਨ 4 ਮੀਨਸ 4 ਆਪਾਂ ਨੇ ਕਾਊਂਟ ਨਹੀਂ ਕਰਨਾ, ਇੱਕ 5 ਕਾਊਂਟ ਹੋ ਗਿਆ, ਇੱਕ 6, ਕਿੰਨੇ ਹੋ ਗਏ ਆਪਣੇ ਕੋਲ, 2, ਤਾਂ ਪ੍ਰੋਬਲਿਟੀ ਕਿੰਨੀ ਬਣ ਗਈ, 2/, ਟੋਟਲ ਕਿੰਨੇ ਨੇ ਆਪਣੇ ਕੋਲ, 6, ਕੱਟ ਕੇ ਕਿੰਨਾ ਆ ਗਿਆ, 1/3। ਅੱਗੇ ਪ੍ਰੋਬਲਿਟੀ ਆਫ ਐਨ ਇੰਪੋਸੀਬਲ ਈਵੈਂਟ, ਅਸੰਭਵ ਘਟਨਾ ਦੀ ਸੰਭਾਵਨਾ, ਮੀਨ ਜਿਹੜੀ ਹੁੰਦੀ ਹੋਈ ਨਹੀਂ, ਉਹਦੀ ਪ੍ਰੋਬਲਿਟੀ ਕਿੰਨੀ ਆਊਗੀ, 0। ਅੱਗੇ ਪ੍ਰੋਬਲਿਟੀ ਆਫ ਈ ਪਲੱਸ ਪ੍ਰੋਬਲਿਟੀ ਆਫ ਨੋਟ ਈ ਦੀ ਕਿੰਨੀ ਹੁੰਦੀ ਬੇਟਾ, ਟੋਟਲ ਪ੍ਰੋਬਲਿਟੀ 1। ਪ੍ਰੋਬਲਿਟੀ ਆਫ ਐਨ ਈਵੈਂਟ ਲਾਈਜ਼ ਬਿਟਵੀਨ, ਕਿਸੇ ਘਟਨਾ ਦੀ ਸੰਭਾਵਨਾ ਕਿਹਦੇ ਵਿਚਕਾਰ ਹੁੰਦੀ ਆ, 0 ਤੋਂ ਲੈ ਕੇ 1 ਦੇ ਵਿੱਚ। ਸਮ ਆਫ ਆਲ ਪੋਸੀਬਲ ਈਵੈਂਟ, ਸਾਰੇ ਸੰਭਵ ਘਟਨਾਵਾਂ ਦਾ ਜੋੜ ਕਿਹਦੇ ਬਰਾਬਰ ਹੁੰਦਾ ਬੇਟਾ, 1 ਦੇ। ਠੀਕ ਹੈ, ਪ੍ਰੋਬਲਿਟੀ ਆਫ ਅਕਰੈਂਸ ਆਫ ਐਨ ਈਵੈਂਟ ਪਲੱਸ ਨੋਨ ਅਕਰੈਂਸ ਆਫ ਈਵੈਂਟ, ਕਿਸੇ ਘਟਨਾ ਦੇ ਵਾਪਰਨ ਦੀ ਸੰਭਾਵਨਾ ਅਤੇ ਨਾ ਵਾਪਰਨ ਦੀ ਸੰਭਾਵਨਾ ਕਿੰਨੀ ਹੁੰਦੀ ਬੇਟਾ, 1, ਜੋੜ ਕਿਹਦੇ ਬਰਾਬਰ ਹੁੰਦਾ ਇਹਦਾ, 1 ਦੇ। ਔਨ ਟੋਸਿੰਗ ਏ ਕੋਇਨ, ਦਾ ਪ੍ਰੋਬਲਿਟੀ ਆਫ ਟੇਲ, ਇੱਕ ਸਿੱਕੇ ਨੂੰ ਉਛਾਲਣ ਅਤੇ ਪੱਟ ਆਉਣ ਦੀ ਸੰਭਾਵਨਾ, ਜਦੋਂ ਆਪਾਂ ਕੋਇਨ ਨੂੰ ਟੋਸ ਕਰਦੇ ਹਾਂ ਤਾਂ ਇੱਕ ਹੈੱਡ ਆਊਗਾ, ਇੱਕ ਟੇਲ ਆਊਗੀ, ਟੋਟਲ 2 ਹੋ ਗਏ ਨਾ ਆਊਟਕਮਸ। ਠੀਕ ਹੈ, ਟੋਟਲ ਜਿਹੜੇ ਪਰਿਣਾਮ ਨੇ ਉਹ 2 ਹੋ ਗਏ। ਆਪਾਂ ਨੇ ਕੱਢੀ ਆ ਟੇਲ ਦੀ, ਟੇਲ ਕਿੰਨੀ ਹੈ, 1 ਟਾਈਮ, ਤਾਂ ਪ੍ਰੋਬਲਿਟੀ ਕਿੰਨੀ ਆਊਗੀ ਟੇਲ ਦੀ, 1/2। ਹੈੱਡ ਦੀ ਵੀ ਕਿੰਨੀ ਹੁੰਦੀ ਹੈ, 1/2, ਇਹ ਵੀ ਕੀ ਕਹਿ ਰਿਹਾ, 1/2, ਮੀਨਸ ਕੀ ਹੈ ਇਹ, ਟਰੂ।
ਔਨ ਥਰੋਇੰਗ ਏ ਡਾਈਸ ਦਾ ਪ੍ਰੋਬਲਿਟੀ ਆਫ ਗੈਟਿੰਗ ਏ ਪ੍ਰਾਈਮ ਨੰਬਰ, ਠੀਕ ਹੈ, ਅਪਾਰ ਸੰਖਿਆ ਦੇ ਆਉਣ ਦੀ ਸੰਭਾਵਨਾ ਕੱਢਣੀ ਆ। ਹੁਣ ਡਾਈਸ ਦੇ ਉੱਪਰ ਬੇਟਾ ਕਿੱਤਾ ਕੰਗ ਹੁੰਦੇ ਨੇ ਸਿਕਸ ਤੱਕ, 1, 2, 3, 4, 5, 6, ਟੋਟਲ 6 ਹੋ ਗਏ। ਹੁਣ ਪ੍ਰਾਈਮ ਨੰਬਰ ਅਪਾਰ ਸੰਖਿਆਵਾਂ ਕਿਹੜੀਆਂ ਨੇ, 2, 3 ਅਤੇ 5, 3 ਹੋ ਗਈਆਂ, ਤਾਂ ਪ੍ਰੋਬਲਿਟੀ ਕਿੰਨੀ ਬਣ ਗਈ, 3/6 ਕਿੰਨੀ ਆ ਗਈ ਬੇਟਾ ਆਪਣੇ ਕੋਲ, 1/2। ਇਹ ਵੀ 1/2 ਕਹਿ ਰਿਹਾ, ਮੀਨਸ ਕੀ ਹੈ ਇਹ, ਟਰੂ। ਨੈਕਸਟ ਬੇਟਾ ਆਪਣੇ ਕੋਲ, ਇਫ ਐਨ ਈਵੈਂਟ, ਇਨ ਐਨ ਈਵੈਂਟ ਪ੍ਰੋਬਲਿਟੀ ਆਫ ਈ 0.90 ਹੈ, ਦੈਨ ਪ੍ਰੋਬਲਿਟੀ ਆਫ ਨੋਟ ਈ 0.20, ਟਰੂ ਆ ਕਿ ਫਾਲਸ ਆ। ਦੇਖੋ ਬੇਟਾ ਜਾਂ ਤਾਂ ਨਾ ਜੋੜ ਕਰਕੇ ਦੇਖ ਲਓ, 1 ਦੇ ਬਰਾਬਰ ਆਉਣਾ ਚਾਹੀਦਾ, ਨਹੀਂ ਆਇਆ ਇਟ ਮੀਨਸ ਇਹ ਫਾਲਸ ਆ, ਜਾਂ ਫਿਰ ਪ੍ਰੋਬਲਿਟੀ ਆਫ ਨੋਟ ਈ ਦੀ ਤੁਸੀਂ ਕੱਢ ਕੇ ਵੀ ਦੇਖ ਸਕਦੇ ਹੋ, 1 ਵਿੱਚੋਂ ਪ੍ਰੋਬਲਿਟੀ ਆਫ ਈ ਦੀ ਮਾਈਨਸ ਕਰਕੇ, 1 - 0.90 ਕਿੰਨਾ ਉਹ ਆਪਣੇ ਕੋਲ ਦੇਖੋ, 0.10, ਇਹ ਕਹਿ ਰਿਹਾ 0.20, ਮੀਨਸ ਕੀ ਹੈ ਇਹ, ਫਾਲਸ। ਨੈਕਸਟ ਹੈਗੇ, ਕਾਰਡ ਇਜ਼ ਡਰਾਨ ਫਰੋਮ ਏ ਵੈਲ ਸ਼ੇਪਡ ਪੈਕ ਆਫ 52 ਕਾਰਡਸ, ਦਾ ਪ੍ਰੋਬਲਿਟੀ ਆਫ ਗੈਟਿੰਗ ਏ ਬਲੈਕ ਕਾਰਡ ਇਜ਼ 1/13। ਦੇਖੋ ਟੋਟਲ 52 ਕਾਰਡਸ ਨੇ, ਉਹ 'ਚ ਬਲੈਕ ਕਾਰਡ ਕਿੰਨੇ ਹੁੰਦੇ ਨੇ ਆਪਣੇ ਕੋਲ, 26, ਇਹਨੇ ਬਲੈਕ ਪੁੱਛਿਆ, ਠੀਕ ਹੈ, ਕਾਲੇ ਪੱਤੇ ਕਿੰਨੇ ਹੁੰਦੇ ਨੇ, 26, ਕਿਉਂਕਿ ਰੈੱਡ ਵੀ ਬੇਟਾ 26 ਹੁੰਦੇ ਨੇ, ਕਾਲੇ ਵੀ 26 ਹੁੰਦੇ ਨੇ, ਟੋਟਲ ਕਿੰਨੇ ਨੇ ਆਪਣੇ ਕੋਲ, 52, ਅਤੇ ਕਿੰਨੀ ਬਣ ਗਈ ਆਪਣੇ ਕੋਲ, 1/2, ਇਹ ਕਹਿ ਰਿਹਾ 1/13, ਮੀਨਸ ਕੀ ਹੈ ਇਹ, ਫਾਲਸ। ਅੱਗੇ ਹੈਗਾ ਪ੍ਰੋਬਲਿਟੀ ਆਫ ਈ ਪ੍ਰੋਬਲਿਟੀ ਆਫ ਨੋਟ ਈ ਇਜ਼ ਇਕੁਅਲ ਟੂ 1, ਠੀਕ ਹੈ ਬੇਟਾ, ਇਹ ਕੀ ਆਪਣੇ ਕੋਲ, ਟਰੂ। ਠੀਕ ਹੈ, ਇਹਦੇ ਨਾਲ ਕੁਛ ਹੋਰ ਕੁਐਸਚਨ ਨੇ, ਐਮ ਸੀ ਕਿਊ ਹੀ ਨੇ ਬੇਟਾ ਉਹ ਵੀ, ਠੀਕ ਹੈ। ਔਨ ਟੋਸਿੰਗ ਏ ਕੋਇਨ ਦਾ ਪ੍ਰੋਬਲਿਟੀ ਆਫ ਅਕਰਿੰਗ ਏ ਹੈੱਡ, ਇੱਕ ਸਿੱਕੇ ਨੂੰ ਛਾਲਣ 'ਤੇ ਚਿੱਤ ਆਉਣ ਦੀ ਸੰਭਾਵਨਾ ਕਿੰਨੀ ਹੁੰਦੀ ਆ, ਠੀਕ ਹੈ, ਜੇ ਆਪਾਂ ਕੋਇਨ ਨੂੰ ਟੋਸ ਕਰਦੇ ਹਾਂ ਤਾਂ ਹੈੱਡ ਔਰ ਟੇਲ ਆਉਂਦੇ ਨੇ, ਟੋਟਲ 2 ਆਉਂਦੇ ਨੇ, ਆਪਣੇ ਹੈੱਡ ਨੂੰ ਦੇਖਣੀ, ਹੈੱਡ ਕਿੰਨੀ ਆ, 1 ਟਾਈਮ ਆਈ ਹੈ ਨਾ, ਟੋਟਲ 2 ਨੇ, ਤਾਂ ਪ੍ਰੋਬਲਿਟੀ ਕਿੰਨੀ ਆਊਗੀ ਆਪਣੇ ਕੋਲ, 1/2। ਅਗਲਾ, ਔਨ ਥਰੋਇੰਗ ਏ ਡਾਈਸ ਦਾ ਪ੍ਰੋਬਲਿਟੀ ਆਫ ਗੈਟਿੰਗ ਏ ਪ੍ਰਾਈਮ ਨੰਬਰ, ਅਪਾਰ ਸੰਖਿਆ ਆਉਣ ਦੀ ਸੰਭਾਵਨਾ, ਆਪਾਂ ਹੁਣੇ ਕਰਕੇ ਹਟੇ ਸੀਗੇ, ਕਿੰਨੀ ਆਈ ਸੀਗੀ, 1/2। ਔਨ ਥਰੋਇੰਗ ਏ ਡਾਈਸ ਦਾ ਪ੍ਰੋਬਲਿਟੀ ਆਫ ਗੈਟਿੰਗ ਐਨ ਈਵਨ ਨੰਬਰ, ਇੱਦਾਂ ਬੇਟਾ ਜੇ ਡਾਈਸ ਨੂੰ ਆਪਾਂ ਸੁੱਟਦੇ ਹਾਂ ਤਾਂ 1, 2, 3, 4, 5, 6 ਟੋਟਲ ਅੰਕ ਕਿੰਨੇ ਹੁੰਦੇ ਨੇ ਆਪਣੇ ਕੋਲ, 6, ਅਤੇ ਇਹਦੇ ਵਿੱਚ ਈਵਨ ਨੰਬਰ ਕਿਹੜੇ ਨੇ, 2 ਆ ਗਿਆ, 4 ਆ ਗਿਆ ਅਤੇ 6 ਆ ਗਿਆ, 3 ਨੰਬਰਸ ਆ ਗਏ, ਤਾਂ ਪ੍ਰੋਬਲਿਟੀ ਕਿੰਨੀ ਆਊਗੀ, 3/6, ਮੀਨਸ 1/2। ਨੈਕਸਟ ਹੈਗਾ ਆਪਣੇ ਕੋਲ, ਏ ਕਾਰਡ ਇਜ਼ ਡਰਾਨ ਫਰੋਮ ਏ ਸੈੱਟ ਆਫ 52 ਕਾਰਡਸ, ਦਾ ਪ੍ਰੋਬਲਿਟੀ ਆਫ ਗੈਟਿੰਗ ਏ ਕੁਈਨ ਕਾਰਡ ਇਜ਼ 1/13, 52 ਪੱਤਿਆਂ ਦੀ ਤਾਸ਼ ਵਿੱਚੋਂ ਇੱਕ ਪੱਤਾ ਕੱਢਿਆ ਜਾਂਦਾ ਹੈ, ਬੇਗਮ ਦਾ ਪੱਤਾ ਆਉਣ ਦੀ ਸੰਭਾਵਨਾ ਕਹਿ ਰਿਹਾ ਹੈ, 1/13 ਹੈ, ਦੇਖੋ ਟਰੂ ਆ ਕਿ ਫਾਲਸ। ਟੋਟਲ ਬੇਟਾ ਕਿੰਨੇ ਪੱਤੇ ਹੁੰਦੇ ਨੇ, 52, ਕੁਈਨ ਬੇਗਮ ਕਿੰਨੇ ਹੁੰਦੇ ਨੇ ਆਪਣੇ ਕੋਲ, 4, ਇਹ ਘੱਟ ਗਿਆ, ਕਿੰਨਾ ਆ ਗਿਆ, 1/13, ਮੀਨਸ ਟਰੂ। ਟੂ ਪਲੇਅਰਸ ਸੰਗੀਤ ਐਂਡ ਰਸ਼ਮੀ ਪਲੇਜ਼ ਏ ਟੈਨਿਸ ਮੈਚ, ਦਾ ਪ੍ਰੋਬਲਿਟੀ ਆਫ ਸੰਗੀਤ ਵਿਨਿੰਗ ਦਾ ਮੈਚ ਇਜ਼ 0.62, ਦਾ ਪ੍ਰੋਬਲਿਟੀ ਦੈਟ ਰਸ਼ਮੀ ਵਿਲ ਵਿਨ ਦਾ ਮੈਚ ਇਜ਼। ਦੇਖੋ ਬੇਟਾ ਸੰਗੀਤ ਦੇ ਜਿੱਤਣ ਦੀ ਸੰਭਾਵਨਾ ਆਪਾਂ ਦਿੱਤੀ ਹੋਈ ਆ,
ਰਸ਼ਮੀ ਦੇ ਮੈਂ ਜਿੱਤਣ ਦੀ ਸੰਭਾਵਨਾ ਕੱਢਣੀ ਆ, ਠੀਕ ਹੈ, ਦੋਨੋਂ ਉਲਟ ਨੇ। ਮੀਨਜ਼ ਜੇ ਇਹ ਜਿੱਤੂਗੀ ਇਟ ਮੀਨਜ਼ ਸੰਗੀਤ ਹਾਰੂਗੀ, ਇਹਦੇ ਹਾਰਨ ਦੀ ਸੰਭਾਵਨਾ ਇਹਦੇ ਜਿੱਤਣ ਦੀ ਸੰਭਾਵਨਾ ਦੇ ਬਰਾਬਰ ਹੋਊਗੀ, ਠੀਕ ਹੈ। ਤਾਂ ਬੇਟਾ ਕਿਵੇਂ ਕੱਢਾਂਗੇ ਆਪਾਂ, ਵਨ ਵਿੱਚੋਂ ਮਾਈਨਸ ਕਰਕੇ, ਕਿਉਂਕਿ ਪ੍ਰੋਬੈਬਿਲਿਟੀ ਆਫ ਈਵੈਂਟ ਕਿੰਨੀ ਹੁੰਦੀ ਹੈ, ਟੋਟਲ ਆਪਣੇ ਕੋਲ ਵਨ, ਠੀਕ ਹੈ। ਵਨ ਵਿੱਚੋਂ ਸਿਕਸਟੀ ਟੂ ਤੁਸੀਂ ਮਾਈਨਸ ਕਰ ਦਿਓ, ਕਿੰਨਾ ਆਜੂ ਆਪਣੇ ਕੋਲ 0.38, ਠੀਕ ਹੈ। ਇੱਥੇ ਕੀ ਫਿੱਲ ਕਰਾਂਗੇ ਆਪਾਂ, 0.38, ਠੀਕ ਹੈ ਜੀ। ਨੈਕਸਟ ਹੈਗਾ ਬੇਟਾ ਆਪਣੇ ਕੋਲ, ਫਰੋਮ ਏ ਵੈਲ ਸ਼ੈਪਡ ਡੈਕ ਆਫ 52 ਕਾਰਡਸ ਦਾ ਪ੍ਰੋਬਲਿਟੀ ਆਫ ਗੈਟਿੰਗ ਏ ਕਿੰਗ, ਚੰਗੀ ਤਰ੍ਹਾਂ ਫੈਂਟਿੰਗ 52 ਪੱਤਿਆਂ ਦੀ ਤਾਸ਼ ਵਿੱਚੋਂ ਇੱਕ ਬਾਦਸ਼ਾਹ ਆਉਣ ਦੀ ਸੰਭਾਵਨਾ ਕੱਢਣੀ ਆ, ਠੀਕ ਹੈ। ਕਿੰਗ ਕਿੰਗ ਕਿੰਨੇ ਹੁੰਦੇ ਨੇ ਆਪਣੇ ਕੋਲ, ਟੋਟਲ 4, ਅਤੇ ਟੋਟਲ ਪੱਤੇ ਕਿੰਨੇ ਹੁੰਦੇ ਨੇ ਆਪਣੇ ਕੋਲ, 52। ਕਿੰਨੀ ਆ ਗਈ ਬੇਟਾ ਆਪਣੇ ਕੋਲ, 1/13। ਅੱਗੇ ਇੰਨੇ ਬੈਗ, ਦੇਰ ਆਰ 5 ਰੈੱਡ ਬੋਲਸ 7 ਬਲੈਕ ਬੋਲਸ, ਦਾ ਪ੍ਰੋਬਲਿਟੀ ਆਫ ਬਲੈਕ ਬੋਲ, 5 ਬੇਟਾ ਲਾਲ ਗੈਂਦਾਂ ਨੇ, 7 ਕਾਲੀਆਂ ਨੇ, ਕਾਲੀ ਗੈਂਦ ਦੀ ਸੰਭਾਵਨਾ ਕੱਢਣੀ ਆ। ਪਹਿਲਾਂ ਟੋਟਲ ਦੇਖੋ ਕਿੰਨੀਆਂ ਹੋ ਗਈਆਂ, ਟੋਟਲ ਕਿੰਨੀਆਂ ਹੋ ਗਈਆਂ, ਇਹ 12, ਠੀਕ ਹੈ। ਇਹਦੇ ਵਿੱਚ ਕਾਲੀਆਂ ਬਲੈਕ ਕਿੰਨੇ ਨੇ ਆਪਣੇ ਕੋਲ, 7, ਤਾਂ ਪ੍ਰੋਬਲਿਟੀ ਕਿੰਨੀ ਆ ਜੂ ਆਪਣੇ ਕੋਲ, 7/12, ਠੀਕ ਹੈ ਜੀ। ਨੈਕਸਟ ਹੈਗਾ ਪ੍ਰੋਬਲਿਟੀ, ਇਫ ਦਾ ਪ੍ਰੋਬਲਿਟੀ ਆਫ ਐਨ ਈਵੈਂਟ ਹੈਪਨਿੰਗ ਇਜ਼ 0.7, ਦੈਨ ਦਾ ਪ੍ਰੋਬਲਿਟੀ ਦੈਟ ਦਾ ਈਵੈਂਟ ਵਿਲ ਨੋਟ ਹੈਪਨ ਇਜ਼ 0.7। ਜੇ ਕਿਸੇ ਘਟਨਾ ਦੀ ਵਾਪਰਨ ਦੀ ਸੰਭਾਵਨਾ 0.7 ਹੈ, ਤਾਂ ਨਾ ਵਾਪਰਨ ਦੀ ਸੰਭਾਵਨਾ 0.7 ਹੋਵੇਗੀ। ਇਹ ਟਰੂ ਆ ਕਿ ਫਾਲਸ ਆ, ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਬੇਟਾ ਆਪਾਂ ਨੇ, ਜਦੋਂ ਆਪਾਂ ਨੋਟ ਦੀ ਕੱਢਣੀ ਹੋਵੇ ਕਿਸੇ ਵੀ ਈਵੈਂਟ ਦੀ, ਤਾਂ 1 'ਚ ਮਾਈਨਸ ਕਰ ਦਾਂਗੇ ਪ੍ਰੋਬਲਿਟੀ ਆਫ ਈਵੈਂਟ, 1-0.7, ਤਾਂ ਕਿੰਨਾ ਆਉਣਾ ਚਾਹੀਦਾ ਸੀ, ਇਹ 0.3, ਇਹ ਕਹਿ ਰਿਹਾ 0.7, ਮੀਨਸ ਕੀ ਹੈ ਇਹ, ਫਾਲਸ, ਠੀਕ ਹੈ। ਨੈਕਸਟ ਹੈਗਾ ਆਪਣੇ ਕੋਲ, ਇਹ ਨੰਬਰ ਇਜ਼ ਚੂਜ਼ਨ ਐਟ ਰੈਂਡਮ ਫਰੋਮ 1-10, ਦਾ ਪ੍ਰੋਬਲਿਟੀ ਆਫ ਸਿਲੈਕਟਿੰਗ ਏ ਨੰਬਰ ਮਲਟੀਪਲ ਆਫ 2 ਇਜ਼, 1-10 ਦਾ ਗਿਣਤੀ ਵਿੱਚ ਇੱਕ ਨੰਬਰ ਚੁਣਿਆ ਜਾਂਦਾ ਹੈ, 2 ਦਾ ਗੁਣਾਕ ਆਉਣ ਦੀ ਸੰਭਾਵਨਾ ਕੱਢਣੀ ਆ। ਦੇਖੋ ਬੇਟਾ ਟੋਟਲ ਨੰਬਰਸ ਕਿੰਨੇ ਨੇ ਆਪਣੇ ਕੋਲ, ਇਹਦੇ ਵਿੱਚ 10, ਠੀਕ ਹੈ। ਹੁਣ ਇਹ 'ਚ ਦੇਖੋ ਈਵਨ ਨੰਬਰ ਕਿਹੜੇ ਬਣਨਗੇ, ਈਵਨ 2 ਦਾ ਟੇਬਲ ਹੀ ਹੋ ਗਿਆ, ਜਾਂ ਈਵਨ ਲੈ ਲਓ ਬੇਟਾ, ਜਾਂ ਮਲਟੀਪਲ ਆਫ 2 ਲਿਖ ਲਓ, ਠੀਕ ਹੈ। ਆਪਾਂ ਇਹਦੇ 2 ਦਾ ਗੁਣਾਕ ਵਾਲੇ ਕਿਹੜੇ ਹੋਣਗੇ, 2, 4, 6, 8, 10, ਕਿੰਨੇ ਬਣ ਗਏ ਆਪਣੇ ਕੋਲ, ਇਹ 5, ਤਾਂ ਪ੍ਰੋਬਲਿਟੀ ਕਿੰਨੀ ਬਣ ਗਈ, 5/10, ਮੀਨਸ 1/2, ਠੀਕ ਹੈ ਜੀ। ਤਾਂ ਆਪਣਾ ਆਂਸਰ ਇੱਥੇ ਕਿੰਨਾ ਆਜੂਗਾ, 1/2। 2 ਸਿੱਕਿਆਂ ਨੂੰ ਇਕੱਠੇ ਉਛਾਲਿਆ ਜਾਂਦਾ ਹੈ, 2 ਚਿੱਤ ਆਉਣ ਦੀ ਸੰਭਾਵਨਾ ਕਿੰਨੀ ਹੋਵੇਗੀ, 2 ਅਨਬਾਸਡ ਕੁਆਇੰਸ ਆਰ ਟੋਸਟ ਸਿਮਲਟੈਨਸਲੀ, ਦਾ ਪ੍ਰੋਬਲਿਟੀ ਆਫ ਗੈਟਿੰਗ 2 ਹੈਡਸ, ਠੀਕ ਹੈ। ਪਹਿਲਾਂ ਟੋਟਲ ਆਊਟਕਮਸ ਕੱਢੋ ਬੇਟਾ, ਦੋਨੇ ਹੈੱਡ ਹੋ ਸਕਦੇ ਨੇ, ਹੈੱਡ ਟੇਲ ਹੋ ਸਕਦੀ ਹੈ, ਟੇਲ ਹੈੱਡ, ਜਾਂ ਦੋਨੋਂ ਟੇਲ ਹੋ ਸਕਦੇ ਨੇ, ਠੀਕ ਹੈ। ਆਪਾਂ ਨੇ ਕੱਢਣੀ ਆ 2 ਚਿੱਤ ਆਉਣ ਦੀ, ਠੀਕ ਹੈ, 2 ਹੈਡਸ, ਕਿੰਨੀ ਵਾਰ ਆਇਆ, 1 ਵਾਰੀ, ਟੋਟਲ ਕਿੰਨੇ ਨੇ, 4, ਤਾਂ ਪ੍ਰੋਬਲਿਟੀ ਕਿੰਨੀ ਆਊਗੀ, 1/4। ਇਹ ਕੁਆਇਨ ਇਜ਼ ਟੋਸਟ ਟਵਾਈਸ, ਇੱਕ ਸਿੱਕੇ 2 ਵਾਰ ਉਛਾਲਿਆ ਜਾਂਦਾ ਹੈ, ਘੱਟੋ ਘੱਟ 1 ਚਿੱਤ ਆਉਣ ਦੀ ਸੰਭਾਵਨਾ,
ਹੁਣ ਇਹਨੇ ਇੱਕ ਚਿੱਤ ਆਉਣ ਦੀ ਸੰਭਾਵਨਾ ਕਿਹਾ ਹੈ, ਇੱਕ ਚਿੱਤ ਵਿੱਚ ਕੀ ਆਊਗਾ, ਦੋ ਵਾਲੇ ਵੀ ਕਾਊਂਟ ਹੁੰਦੇ ਨੇ ਬੇਟਾ ਅਤੇ ਇਕੱਲੇ ਇਕੱਲੇ ਵੀ ਕਾਊਂਟ ਹੁੰਦੇ ਨੇ, ਕਿੰਨੇ ਬਣ ਗਏ ਇਹ 3, ਅਤੇ ਇਹਦੀ ਪ੍ਰੋਬੇਬਿਲਿਟੀ ਕਿੰਨੀ ਆਊਗੀ ਆਪਣੇ ਕੋਲ, ਥ੍ਰੀ ਬਾਏ ਫੋਰ ਆਉਣੀ ਚਾਹੀਦੀ ਬੇਟਾ, ਇਹ ਆਪਸ਼ਨਸ ਗਲਤ ਹੈ। ਇੱਕ ਮਿੰਟ, ਇਹ ਦੋ ਹੈੱਡ ਨਹੀਂ ਸੀਗੇ, ਇਹਦੇ ਵਿੱਚ ਇੱਕ ਕੋਇਨ ਲਿਖਿਆ ਹੋਇਆ, ਠੀਕ ਹੈ, ਆਪਾਂ ਦੋ ਸਿੱਕੇ ਨੇ ਬੇਟਾ, ਇੱਕ ਸਿੱਕਾ ਆ, ਇੱਕ ਸਿੱਕੇ ਵਿੱਚ ਇੱਕ ਹੈੱਡ ਹੁੰਦਾ ਅਤੇ ਟੇਲ ਹੁੰਦਾ ਆ, ਆਪਣੇ ਘੱਟੋ ਘੱਟ ਇੱਕ ਚਿੱਤ ਆਉਣ ਦੀ ਸੰਭਾਵਨਾ ਕੱਢਣੀ ਆ, ਮੀਨਸ 1 ਹੈੱਡ, ਕਿੰਨੀ ਆਊਗੀ ਆਪਣੇ ਕੋਲ, 1/2, ਠੀਕ ਹੈ ਜੀ। ਅੱਗੇ ਗਾ ਆਪਣੇ ਕੋਲ ਇਹ ਟਿਕਟ ਇਜ ਡਰਾਨ ਐਟ ਰੈਂਡਮ ਫਰੋਮ ਏ ਬੈਗ ਕੰਟੇਨਿੰਗ ਟਿਕਟਸ ਨੰਬਰ ਫਰੋਮ 1 to 40, ਦਾ ਪ੍ਰੋਬੇਬਿਲਿਟੀ ਦੈਟ ਦ ਸਲੈਕਟਡ ਟਿਕਟ ਹੈਜ਼ ਏ ਨੰਬਰ ਵਿਚ ਇਜ਼ ਏ ਮਲਟੀਪਲ ਆਫ 5 ਇਜ਼ 1/5। ਦੇਖੋ ਬੇਟਾ, 1 ਤੋਂ ਲੈ ਕੇ 40 ਤੱਕ ਟਿਕਟਾਂ ਨੇ, ਮੀਨਸ ਟੋਟਲ 40 ਹੋ ਗਈਆਂ। ਇੱਕ ਟਿਕਟ ਅਚਾਨਕ ਬਾਹਰ ਕੱਢੀ ਗਈ ਆ ਅਤੇ 5 ਦਾ ਗੁਣਾਕ ਦੀ ਸੰਭਾਵਨਾ ਦੱਸਣੀ ਵੀ 1/5 ਹੁੰਦੀ ਆ, 5 ਦਾ ਗੁਣਾਕ ਮਲਟੀਪਲ ਆਫ 5 ਕਿਹੜੇ ਬਣਨਗੇ, 5, 10, 15, 20, 25, 30, ਪਰ 40 ਤੱਕ ਲੈਣੇ ਆਪਾਂ ਨੇ, 35 ਅਤੇ 40 ਕਿੰਨੇ ਹੋ ਗਏ, 1, 2, 3, 4, 5, 6, 7, 8, ਠੀਕ ਹੈ। ਤਾਂ ਪ੍ਰੋਬੇਬਿਲਿਟੀ ਕਿੰਨੀ ਆਊਗੀ ਆਪਣੇ ਕੋਲ, 8/, ਟੋਟਲ ਕਿੰਨੇ ਨੇ 40, ਇਹ ਕੈਂਸਲ ਆਊਟ ਹੋ ਗਏ ਬੇਟਾ, ਕਿੰਨਾ ਆ ਗਿਆ ਆਪਣੇ ਕੋਲ, 1/5, ਮੀਨਸ ਕੀ ਹੈ ਇਹ, ਟਰੂ। ਨੈਕਸਟ ਹੈਗਾ ਆਪਣੇ ਕੋਲ, ਔਨ ਥਰੋਇੰਗ ਏ ਡਾਈਸ ਦਾ ਪ੍ਰੋਬੇਬਿਲਿਟੀ ਆਫ ਗੈਟਿੰਗ ਏ ਨੰਬਰ ਗ੍ਰੇਟਰ ਦੈਨ 5, 5 ਤੋਂ ਵੱਡਾ ਅੰਕ ਆਉਣ ਦੀ ਸੰਭਾਵਨਾ, ਡਾਈਸ ਦੇ ਅੰਕ ਹੁੰਦੇ ਨੇ 6 ਤੱਕ, 1, 2, 3, 4, 5, 6, ਆਪਣੇ ਲੈਣਾ ਬੇਟਾ ਗ੍ਰੇਟਰ ਦੈਨ 5, 5 ਤੋਂ ਵੱਡਾ ਨੰਬਰ, ਕਿੰਨਾ ਆਪਣੇ ਕੋਲ, ਇਕੱਲਾ 6, ਇੱਕ ਨੰਬਰ ਹੀ ਆ, ਮੀਨਸ 1/6। 52 ਪੱਤਿਆਂ ਦੀ ਤਾਸ਼ ਦੀ, ਤਾਸ਼ ਵਿੱਚੋਂ ਇੱਕ ਪੱਤਾ ਅਚਾਨਕ ਕੱਢਿਆ ਜਾਂਦਾ ਹੈ, ਲਾਲ ਰੰਗ ਦਾ ਪੱਤਾ ਆਉਣ ਦੀ ਸੰਭਾਵਨਾ ਦੱਸਣੀ ਵੀ 13/52 ਹੋਏਗੀ, ਟਰੂ ਆ ਕਿ ਫਾਲਸ, ਇਹ ਕਾਰਡ ਇਜ਼ ਸਲੈਕਟਡ ਐਟ ਰੈਂਡਮ ਫਰੋਮ ਏ ਵੈਲ ਸ਼ੇਪ ਪੈਕ ਆਫ 52 ਕਾਰਡਸ, ਪ੍ਰੋਬੇਬਿਲਿਟੀ ਆਫ ਗੈਟਿੰਗ ਏ ਰੈੱਡ ਕਾਰਡ, ਰੈੱਡ ਕਾਰਡ ਪੁੱਛਿਆ ਬੇਟਾ ਇਹਨਾਂ ਨੇ, ਰੈੱਡ ਕਿੰਨੇ ਹੁੰਦੇ ਨੇ, 26, ਠੀਕ ਹੈ, 26 ਰੈੱਡ ਹੋ ਗਏ, 26 ਬਲੈਕ ਹੋ ਗਏ, ਤਾਂ ਪ੍ਰੋਬੇਬਿਲਿਟੀ ਕਿੰਨੀ ਆਊਗੀ, 26/, ਟੋਟਲ ਕਿੰਨੇ ਹੁੰਦੇ ਨੇ, 52, ਕਿੰਨੀ ਆਉਣੀ ਚਾਹੀਦੀ ਸੀ, 1/2, ਇਹ ਕਹਿ ਰਿਹਾ 13/52, ਮੀਨਸ ਫਾਲਸ ਹੈ, ਠੀਕ ਹੈ। ਇਹ ਬੈਗ ਕੰਟੇਨ 3 ਰੈੱਡ ਬਾਲਸ, 5 ਬਲੈਕ ਬਾਲਸ, ਇਹ ਬਾਲ ਇਜ਼ ਡਰਾਨ ਐਟ ਰੈਂਡਮ ਫਰੋਮ ਏ ਬੈਗ, ਦਾ ਪ੍ਰੋਬੇਬਿਲਿਟੀ ਦੈਟ ਦਾ ਬਾਲ ਡਰਾਨ ਇਜ਼ ਰੈੱਡ, ਇੱਕ ਬੈਗ ਵਿੱਚ ਬੇਟਾ 3 ਲਾਲ ਗੈਂਦਾਂ ਨੇ, 5 ਕਾਲੀਆਂ ਨੇ, ਅਤੇ ਟੋਟਲ ਕਿੰਨੀਆਂ ਹੋ ਗਈਆਂ ਆਪਣੇ ਕੋਲ, 8, ਠੀਕ ਹੈ। ਇਹ ਬਾਲ ਇਜ਼ ਡਰਾਨ ਐਟ ਰੈਂਡਮ ਫਰੋਮ ਦਾ ਬੈਗ, ਦਾ ਪ੍ਰੋਬੇਬਿਲਿਟੀ ਦੈਟ ਦਾ ਬਾਲ ਡਰਾਨ ਇਜ਼ ਰੈੱਡ, ਆਪਣੇ ਰੈੱਡ ਮੀਨਸ ਲਾਲ ਗੈਂਦ ਦੀ ਸੰਭਾਵਨਾ ਕੱਢਣੀ ਆ, ਇਹ 'ਚ ਰੈੱਡ ਕਿੰਨੇ ਨੇ ਆਪਣੇ ਕੋਲ, 3, ਤਾਂ ਪ੍ਰੋਬੇਬਿਲਿਟੀ ਕਿੰਨੀ ਆਊਗੀ ਆਪਣੇ ਕੋਲ, 3/8, ਠੀਕ ਹੈ ਜੀ। ਥੈਂਕਸ ਬੇਟਾ ਫੋਰ ਵਾਚਿੰਗ ਦਿਸ ਵੀਡੀਓ, ਅੱਛੀ ਲੱਗੀ ਲਾਈਕ ਜ਼ਰੂਰ ਕਰ ਦੇਣਾ। ਮੈਂ ਤੁਹਾਨੂੰ ਸਾਰੇ ਸਿਲੇਬਸ ਦੀਆਂ ਤਕਰੀਬਨ MCQ 2 marks ਵਾਲੇ, 4 marks ਵਾਲੇ, 6 marks ਵਾਲੇ ਕੁਸ਼ਚਨ ਕਰਾਵਾਂਗੀ, ਚੈਨਲ ਨਾਲ ਤੁਸੀਂ ਜੁੜੇ ਰਹਿਣਾ। ਥੈਂਕਸ ਬੇਟਾ।